ਹੈਲੋ एवरीवन ਟਾਪਰਸ ਮੀਟਸ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਦਾ ਮੈਂ ਹਾਂ ਰੋਹਿਤ ਸਿੰਘ ਜੇ ਤੁਸੀਂ ਜਾਣਦੇ ਹੋ ਕਿ ਰੋੜਾ ਕਲਾਸੇਸ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਮੋਟੀਵੇਟ ਕਰਨ ਦਾ ਕੰਮ ਹਮੇਸ਼ਾ ਕਰਦਾ ਰਹਿੰਦਾ ਹੈ ਤੇ ਇਹ ਜਿਹੜੀ ਵੀਡੀਓ ਅੱਜ ਦੀ ਵੀਡੀਓ ਇਹ ਸਪੈਸ਼ਲ ਤੁਹਾਨੂੰ ਮੋਟੀਵੇਟ ਕਰਨ ਲਈ ਹੀ ਬਣਾਈ ਗਈ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਿਲਣ ਵਾਲੇ ਹਾਂ ਇੱਕ ਇਹੋ ਜਿਹੇ ਕੈਂਡੀਡੇਟ ਨੂੰ ਜਿਨੇ 6 ਸਾਲ ਤਿਆਰੀ ਕਰਕੇ ਸਰਕਾਰੀ ਨੌਕਰੀ ਦਾ ਸੁਪਨਾ ਜਿਹੜਾ ਹੈ ਉਹ ਪੂਰਾ ਕੀਤਾ ਤੇ ਉਹਨਾਂ ਦੀ ਜ਼ੁਬਾਨ ਤੋਂ ਹੀ ਜਾਣਾਂਗੇ ਕਿ ਉਹਨਾਂ ਨੇ ਕੀ-ਕੀ ਸਟਰਗਲ ਕੀਤਾ ਕਿਵੇਂ ਤਿਆਰੀ ਕੀਤੀ ਕਿ ਕਿ ਦਿੱਕਤਾਂ ਉਹਨਾਂ ਨੂੰ ਆਈਆਂ ਤੇ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਹੋਣ ਵਾਲੀ ਹੈ ਦੇਖੋ ਕਿਉਂਕਿ ਮੋਟੀਵੇਟ ਸਭ ਤੋਂ ਜ਼ਿਆਦਾ ਆਪਾਂ ਉਸੇ ਬੰਦੇ ਤੋਂ ਹੋ ਸਕਦੇ ਆ ਜਿਹੜਾ ਆਪਣੀ ਫੀਲਡ ਦੇ ਵਿੱਚ ਹੈ ਜਿਹੜਾ ਆਪਣੇ ਤੋਂ ਸੀਨੀਅਰ ਹੈ ਜਿਹੜਾ ਆਪਣੇ ਰਸਤੇ ਤੇ ਚੱਲ ਕੇ ਜਿਹੜੇ ਰਸਤੇ ਤੇ ਆਪਾਂ ਚੱਲ ਰਹੇ ਆ ਉਸੇ ਰਸਤੇ ਤੇ ਚੱਲ ਕੇ ਜਿਨੇ ਮੰਜ਼ਿਲ ਤੇ ਮੁਕਾਮ ਪਾਇਆ ਠੀਕ ਹੈ ਤੇ ਚਲੋ ਮਿਲਦੇ ਆ ਫਿਰ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਖੁੱਲ੍ਹ ਕੇ ਠੀਕ ਹੈ ਬਿਲਕੁਲ ਨੈਚੁਰਲ ਜੀ ਇੰਟਰਵਿਊ ਹੋਣ ਵਾਲੀ ਹੈ ਜਿਹਦੇ ਵਿੱਚ ਬਿਲਕੁਲ ਨੈਚੁਰਲ ਤਰੀਕੇ ਨਾਲ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਕਿਵੇਂ ਸਰਕਾਰੀ ਨੌਕਰੀ ਦਾ ਸੁਪਨਾ ਜਿਹੜਾ ਹੈ ਉਹਨਾਂ ਦਾ ਪੂਰਾ ਹੋਇਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮੁਲਾਕਾਤ ਕਰਾਂਗੇ ਇੱਕ ਹੋਰ ਸਫਲ ਕੈਂਡੀਡੇਟ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਰਜਿੰਦਰ ਸਿੰਘ ਤੇ ਇਹਨਾਂ ਦਾ ਵੀ ਸੈLECTION P ट्रिपल S B ਕਲਰਕ ਦੇ ਵਿੱਚ ਹੋਇਆ ਹੈ ਤੇ ਸਭ ਤੋਂ ਪਹਿਲਾਂ ਇਹਨਾਂ ਤੋਂ ਜਾਣਦੇ ਹਾਂ ਸਰ ਆਪਣਾ ਇੰਟਰੋ ਇੱਕ ਬਰੀਫ ਇੰਟਰੋ ਮੇਰਾ ਨਾਮ ਰਜਿੰਦਰ ਸਿੰਘ ਹੈ ਤੇ ਮੈਂ ਕ੍ਰੈਡਾ ਵਾਲੇ ਦਾ ਰਹਿਣ ਵਾਲਾ ਹਾਂ ਮੇਰੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਤੇ ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਦੇਖੋ ਸਰਕਾਰੀ ਨੌਕਰੀ ਲੱਗਣਾ ਕਿੰਨਾ ਕੋਖਾ ਕੰਮ ਹੈ ਕੋਈ ਜ਼ਿਆਦਾ ਔਖਾ ਕੰਮ ਨਹੀਂ ਇਹ ਮਿਹਨਤ ਕਰੀਓ ਕੰਟੀਨਿਊਸ ਤੇ ਕਦੇ ਨਾ ਕਦੇ ਮਿਹਨਤ ਦਾ ਫਲ ਮਿਲ ਹੀ ਜਾਂਦਾ ਜੀ ਇਹ ਹੁਣ ਲੱਗ ਰਿਹਾ ਕਿ ਉਦੋਂ ਵੀ ਲੱਗਦਾ ਸੀ ਜਦੋਂ ਆਪਾਂ ਤਿਆਰੀ ਕਰਦੇ ਸੀ ਨਹੀਂ ਉਦੋਂ ਅਸੀਂ ਲੱਗੇ ਰਹੇ ਕੋਈ ਬ੍ਰੇਕ ਨਹੀਂ ਲੈਂਦੀ ਵਿੱਚ ਦੀ ਕੰਟੀਨਿਊ ਲੱਗੇ ਰਹੇ ਅੱਛਾ ਕਦੋਂ ਤਿਆਰੀ ਕਦੋਂ ਸਟਾਰਟ ਕੀਤੀ ਤੁਸੀਂ ਕੈਲੀਵਰ ਤਿਆਰੀ ਮੈਂ 2017 ਦੇ ਵਿੱਚ ਡਿਗਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਤੇ ਮੈਨੂੰ ਉਹਨਾਂ ਕੁਝ ਖਾਸ ਬੈਨੇਫਿਟ ਨਹੀਂ ਹੋਇਆ ਤੇ ਉਸ ਤੋਂ ਬਾਅਦ ਮੇਰੇ ਫਰੈਂਡ ਨੇ ਮੈਨੂੰ ਸਲਾਹ ਦਿੱਤੀ ਕਿ ਅਰੋੜਾ ਕਲਾਸਿਸ ਜੁਆਇਨ ਕਰੋ ਤੇ ਫਿਰ ਮੈਂ ਅਰੋੜਾ ਕਲਾਸਿਸ ਜੁਆਇਨ ਕੀਤੀ ਤੇ ਇੱਥੇ ਮੈਂ ਪਹਿਲਾ ਬੈਚ ਜੁਆਇਨ ਕੀਤਾ ਜੀ ਤੇ ਫਿਰ ਉਸ ਤੋਂ ਬਾਅਦ ਟੈਸਟ ਬੈਚ ਜੁਆਇਨ ਕੀਤਾ ਤੇ ਮੈਂ ਕੰਟੀਨਿਊ ਮਿਹਨਤ ਕਰਦਾ ਰਿਹਾ ਜੀ ਤੇ ਉਸ ਤੋਂ ਬਾਅਦ ਲਾਕਡਾਊਨ ਲੱਗ ਗਿਆ ਜੀ ਤੇ ਉਸ ਦੇ ਵਿੱਚ ਅਰੋੜਾ ਸਰ ਨੇ ਆਨਲਾਈਨ ਕਲਾਸਿਸ ਸ਼ੁਰੂ ਕੀਤੀਆਂ ਜੀ ਤੇ ਮੈਂ ਆਨਲਾਈਨ ਵੀ ਅਰੋੜਾ ਸਰ ਨਾਲ ਬਣਿਆ ਰਿਹਾ ਤੇ ਉਸ ਤੋਂ ਬਾਅਦ ਜੀ ਪਹਿਰੇ 2021 ਦੇ ਵਿੱਚ ਪੋਸਟ ਆਈ ਹੈ ਕਲਰਕ ਦੀ 3S ਨੇ ਦੁਆਰਾ ਹੀ ਤੇ ਉਸ ਦੇ ਵਿੱਚ ਯਾਨੀ ਇੱਕ ਲੰਬਾ ਸਫ਼ਰ ਹੈ ਦੇਖੋ 2017 ਤੋਂ ਲੈ ਕੇ ਤੁਸੀਂ 2023 ਚੱਲ ਰਿਹਾ ਹੁਣ ਕਿ 2023 ਦੇ ਵਿੱਚ ਆਪਾਂ ਨੌਕਰੀ ਮਿਲ ਰਹੀ ਹੈ ਤੇ ਮਤਲਬ ਕੀ ਕਮੀਆਂ ਲੱਗਦੇ ਤੁਹਾਨੂੰ ਕਿ ਇੰਨੇ ਟਾਈਮ ਸਿਲੈਕਸ਼ਨ ਕਿਉਂ ਨਹੀਂ ਹੋਆ ਇੰਨਾ ਟਾਈਮ ਅਜੀਤ ਰੋਡ ਤੇ ਜਿਹੜੀਆਂ ਆਂਦੀਆਂ ਨੇ ਮਾਰਦੇ ਸੀਗੇ ਨਹੀਂ ਸਰ ਇੰਨਾ ਟਾਈਮ ਪਹਿਲਾਂ ਹੀ ਸਰਕਾਰ ਨੇ ਪੋਸਟਾਂ ਹੀ ਨਹੀਂ ਕੱਢੀਆਂ ਸੀ 2017 ਵਿੱਚ ਤੇ 2021 ਵਿੱਚ ਆ ਕੇ ਪੋਸਟਾਂ ਕੱਢੀਆਂ ਹੀ ਤਾਂ ਦੇਖੋ ਤੁਹਾਡਾ ਇੱਕ ਲੰਬਾ ਸਫ਼ਰ ਰਿਹਾ ਨਾ 2017 ਤੋਂ ਲੈ ਕੇ 2023 ਤੱਕ ਹੈ ਨਾ ਤੇ 2017 ਤੋਂ 23 6 ਸਾਲ ਦਾ ਟਾਈਮ ਹੋ ਗਿਆ ਕੀ ਕਮੀਆਂ ਮਤਲਬ ਕਿ ਲੱਗਦਾ ਤੁਹਾਨੂੰ ਕਿੰਨਾ ਟਾਈਮ ਕਿਉਂ ਲੱਗਾ ਸਿਲੈਕਸ਼ਨ ਹੋਣ 'ਚ ਸਰ ਪਹਿਲਾਂ ਅਸੀਂ ਐਕਚੁਅਲੀ ਇੰਨਾ ਧਿਆਨ ਨਹੀਂ ਦਿੱਤਾ ਇਸ ਵਾਲੇ ਹੀ ਫੰਕਸ਼ਨ ਕਰਦੇ ਰਹੇ ਤੇ ਫਿਰ ਸਾਡੇ ਨਾਲ ਦੇ ਮੁੰਡੇ ਦੀ ਸਿਲੈਕਸ਼ਨ ਹੋਈ ਜੀ ਗਵਰਨਮੈਂਟਾਂ ਦੀ ਜੌਬ ਵਿੱਚ ਤੇ ਫਿਰ ਉਸ ਤੋਂ ਬਾਅਦ ਅਸੀਂ ਮਿਹਨਤ ਕਰਨੀ ਸਟਾਰਟ ਕਰ ਦਿੱਤੀ ਤੇ ਹੌਲੀ-ਹੌਲੀ ਸਾਨੂੰ ਮਿਹਨਤ ਦਾ ਫਲ ਮਿਲ ਗਿਆ ਠੀਕ ਹੈ ਦੇਖੋ ਇਹਨਾਂ ਨੇ ਰੱਖਿਆ ਕਿ ਪਹਿਲਾ ਫੰਕਸ਼ਨ ਚੱਲਦਾ ਸੀਗਾ ਠੀਕ ਹੈ ਪਹਿਲਾਂ ਮौज-ਮਸਤੀ ਕਰਦੇ ਸੀ ਦੇਖੋ ਨਵਾਂ-ਨਵਾਂ ਕੋਈ ਆਂਦਾ ਬਠਿੰਡੇ ਆਂਦਾ ਠੀਕ ਹੈ ਚਲੋ ਥੋੜੇ ਦਿਨ ਮਸਤੀ ਕਰਾਂਗੇ ਉਸ ਤੋਂ ਬਾਅਦ ਪੜ੍ਹ ਲਵਾਂਗੇ ਲੇਕਿਨ ਇਹ ਮਸਤੀ ਮਜ਼ਾਕ ਹਨਾ ਫੰਕਸ਼ਨ ਇਹ ਲਾਈਫਟਾਈਮ ਨਹੀਂ ਰਹਿੰਦੇ ਤੇ ਇਹਨਾਂ ਨੂੰ ਵੀ ਰਿਅਲਾਈਜ਼ ਹੋਇਆ ਜਦੋਂ ਨਾਲ ਦੇ ਦੋਸਤ ਨੌਕਰੀ ਲੱਗ ਗਏ ਇਹਨਾਂ ਨੇ ਰਿਅਲਾਈਜ਼ ਕੀਤਾ ਯਾਰ ਇਹ ਲੱਗਿਆ ਤਾਂ ਮੈਂ ਵੀ ਲੱਗ ਸਕਦਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮਿਹਨਤ ਕਰਨੀ ਸਟਾਰਟ ਕੀਤੀ ਤੇ ਦੇਖੋ ਅੱਜ ਦੀ ਵੀਡੀਓ ਜਿਹੜੀ ਹੈ ਇਹਦੇ ਵਿੱਚ ਸਪੈਸ਼ਲੀ ਅਸੀਂ ਵੀਡੀਓ ਕਿਉਂ ਬਣਾ ਰਹੇ ਹਾਂ ਕਿਉਂਕਿ ਇਹਨਾਂ ਉਹ ਸੇਮ ਐਕਸਪੀਰੀਅੰਸ ਤੁਹਾਡਾ ਵੀ ਹੋ ਸਕਦਾ ਠੀਕ ਹੈ ਕਿਉਂਕਿ ਸੇਮ ਫੀਲਡ ਹੈ ਤੁਸੀਂ ਵੀ ਤਿਆਰੀ ਕਰ ਰਹੇ ਹੋ ਉਹਨਾਂ ਨੇ ਵੀ ਤਿਆਰੀ ਕੀਤੀ ਹੈ ਤੇ ਸਰ ਤਿਆਰੀ ਕਰਦੇ ਟਾਈਮ ਦੇਖੋ ਦਿੱਕਤਾਂ ਆਉਂਦੀ ਹੈ ਬਹੁਤ ਪਰੇਸ਼ਾਨੀਆਂ ਆਉਂਦੀ ਹੈ ਹਨਾ ਤੁਸੀਂ ਅਰੋੜਾ ਕਲਾਸਿਸ ਜੁਆਇਨ ਕੀਤਾ 2000 ਕਿਹੜੇ ਸਾਲ ਚ ਕੀਤਾ ਜੁਆਇਨ 2018 2018 ਜੇ ਕੀਤਾ ਇੱਕ ਸਾਲ ਤੁਸੀਂ ਘਰੇ ਹੀ ਪੜ੍ਹਦੇ ਰਹੇ ਮਤਲਬ ਠੀਕ ਹੈ ਤੇ ਜਦੋਂ ਅਰੋੜਾ ਕਲਾਸਿਸ ਜੁਆਇਨ ਕੀਤਾ ਤਾਂ ਤੁਹਾਨੂੰ ਕੀ ਫਰਕ ਲੱਗਿਆ ਕਿ ਇੱਥੇ ਆ ਕੇ ਤੁਹਾਨੂੰ ਕੀ ਬੈਨੀਫਿਟ ਮਿਲਿਆ ਇੱਥੇ ਦਾ ਸਟਾਫ ਬਹੁਤ ਵਧੀਆ ਸੀ ਬਹੁਤ ਮਿਹਨਤੀ ਸੀ ਸਾਨੂੰ ਹਰ ਗੱਲ ਸਮਝਾਉਂਦਾ ਸੀ ਐਕਸਟਰਾ ਕਲਾਸ ਵੀ ਲਾਉਂਦਾ ਸੀ ਜੇ ਕੁਝ ਨਾ ਸਮਝ ਆਉਂਦੀ ਬਾਅਦ ਵਿੱਚ ਵੀ ਸਮਝਾਉਂਦੇ ਸੀ ਠੀਕ ਹੈ ਤੇ ਐਕਸਟਰਾ ਕਲਾਸਿਸ ਬਾਰੇ ਜਾਂ ਬਾਅਦ ਚ ਜਦੋਂ ਪੜ੍ਹਨ ਦਾ ਫਾਇਦਾ ਮਿਲ ਆਉ ਸੀ ਹਾਂ ਜੀ ਸਰ ਫਿਰ ਤੁਸੀਂ ਟੈਸਟ ਬੈਚ ਵੀ ਲਾਇਆ ਹਾਂ ਹਾਂ ਜੀ ਟੈਸਟ ਬੈਚ ਲਾਇਆ ਠੀਕ ਹੈ ਤੇ ਅੱਜ ਦੇਖੋ ਸਰਕਾਰੀ ਨੌਕਰੀ ਹੈ ਤੁਹਾਡੇ ਕੋਲ ਹਣਾ ਹਾਂ ਜੀ ਸਰ ਅੱਜ ਸਰਕਾਰੀ ਤੁਸੀਂ ਮੁਲਾਜ਼ਮ ਬਣ ਚੁੱਕੇ ਹੋ ਹਾਂ ਜੀ ਤੇ ਕਿਵੇਂ ਦਾ ਫੀਲ ਹੋ ਰਿਹਾ ਤੁਸੀਂ ਵਧੀਆ ਲੱਗਦਾ ਹਾਂ ਹਾਂ ਜੀ ਸਰ ਬਹੁਤ ਵਧੀਆ ਲੱਗ ਰਿਹਾ ਜੀ ਪਹਿਲਾਂ ਪਿੰਡ ਜਿਹੜਾ ਮਾਰਦੇ ਉਨ ਤੋਂ ਲੋਕੀ ਕਹਿੰਦੇ ਕਿ ਯਾਰ ਸਰਕਾਰੀ ਬੰਦਾ ਆ ਗਿਆ ਹਾਂ ਜੀ ਹਾਂ ਠੀਕ ਹੈ ਤੇ ਪਹਿਲਾ ਨਾਲੋਂ ਫਰਕ ਹੈ ਮਤਲਬ ਨਾ ਪਹਿਲਾ ਜਦੋਂ ਫਰਕ ਪੈਂਦਾ ਹੈ ਲਾਈਫ ਦਾ ਫਰਕ ਪੈਂਦਾ ਹੈ ਤੇ ਜਿਹੜੇ ਹੁਣ ਸਾਡੇ ਆ ਸਟੂਡੈਂਟਸ ਵੀਡੀਓ ਦੇਖ ਰਹੇ ਨੇ ਇਹਨਾਂ ਨੇ ਵੀ ਸਰਕਾਰੀ ਲਗਣੇ ਤੇ ਇਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਪਹਿਲੇ ਵਾਲੀ ਸਲਾਹ ਦੇਣਾ ਚਾਹੋਗੇ ਫੰਕਸ਼ਨ ਕਰਨ ਵਾਲੀ ਜਾਂ ਬਾਦ ਵਾਲੀ ਸਲਾਹ ਦੇਣਾ ਚਾਹੋਗੇ ਨਹੀਂ ਸਰ ਬਾਦ ਵਾਲੀ ਹੀ ਦੇਣਾ ਚਾਹਾਂਗੇ ਕੰਟੀਨਿਊ ਮਿਹਨਤ ਕਰਦੇ ਰਹੋ ਜੀ ਮਿਹਨਤ ਦਾ ਫਲ ਇੱਕ ਨਾ ਇੱਕ ਦਿਨ ਮਿਲਦਾ ਹੀ ਆ ਜੀ ਠੀਕ ਹੈ ਜੀ ਤੇ ਦੇਖੋ 2017 ਇੱਕ ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਉਹ ਕੈਂਡੀਡੇਟ ਵੀ 2017 ਤੋਂ ਲੈ ਕੇ 2023 ਤੱਕ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ ਤੇ ਇਹਨਾਂ ਨੇ ਵੀ 2017 ਤੋਂ ਲੈ ਕੇ 2023 ਤੱਕ ਦਾ ਸਫ਼ਰ ਤੈਅ ਕੀਤਾ ਲੇਕਿਨ ਅੱਜ ਇਹ ਗਵਰਨਮੈਂਟ ਜੌਬ ਚੇ ਹੈ ਤੇ ਸਰ ਅੱਗੇ ਕੀ ਸੁਪਨਾ ਹੈ ਤੁਹਾਡਾ ਮਤਲਬ ਕਿ ਕਲਰਕ ਹੀ ਹੈ ਜਾਂ ਅੱਗੇ ਕੋਈ ਹੋਰ ਪੇਪਰ ਦੀ ਤਿਆਰੀ ਕਰਨੀ ਹੈ ਅੱਗੇ ਹੋਰ ਪੇਪਰ ਦੀ ਵੀ ਤਿਆਰੀ ਕਰਨੀ ਹੈ ਜੀ ਅੱਗੇ ਵਧਣਾ ਜੀ ਠੀਕ ਹੈ ਜੀ ਤਾਂ ਦੇਖੋ ਕਲਰਕ ਹੀ ਨਹੀਂ ਰਹਿਣਾ ਠੀਕ ਹੈ ਅੱਗੇ ਵੀ ਪੇਪਰ ਦੀ ਤਿਆਰੀ ਕਰਦੇ ਰਹੋ ਤੇ ਇੱਕ ਵੱਡੇ ਮੁਕਾਮ ਤੇ ਜਿਵੇਂ ਹੁਣ ਸਾਡੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਪੰਜਾਬ ਦੇ ਜਿਹੜੇ ਕੈਂਡੀਡੇਟਸ ਨੇ ਪੰਜਾਬ ਦੇ ਜਿਹੜੇ ਸਟੂਡੈਂਟ ਨੇ ਉਹ ਵੱਡੇ ਅਫਸਰ ਬਣਨੇ ਚਾਹੀਦੇ ਆ ਠੀਕ ਹੈ ਤੇ ਅਸੀਂ ਵੀ ਉਮੀਦ ਕਰਾਂਗੇ ਕਿ ਤੁਸੀਂ ਅੱਗੇ ਲਗਾਤਾਰ ਆਪਣੀ ਤਿਆਰੀ ਜਾਰੀ ਰੱਖੋਗੇ ਤੇ ਅੱਗੇ ਫਿਰ ਆਪਾਂ ਕਿਸੇ ਦਿਨ ਇੱਕ ਇੰਟਰਵਿਊ 'ਚ ਬੈਠਾਂਗੇ ਠੀਕ ਹੈ ਤੁਸੀਂ ਅਫਸਰ ਬਣ ਕੇ ਜਾਂ ਕਿਸੇ ਵੱਡੇ ਅਫਸਰ ਬਣ ਕੇ ਆਉਂਗੇ ਫਿਰ ਤੁਹਾਡਾ ਇੰਟਰਵਿਊ ਲਿੱਤਾ ਜਾਊਗਾ ਤੇ ਜਾਂਦੇ ਜਾਂਦੇ ਇੱਕ ਲਾਸਟ ਮੈਸੇਜ ਤੁਸੀਂ ਆਡੀਅנס ਨੂੰ ਕੀ ਦੇਣਾ ਚਾਹੋਗੇ ਕਿ ਇੱਕ ਇਹ ਜਿਹਾ ਪੁਆਇੰਟ ਜਿਹੜਾ ਇਹਨਾਂ ਨੂੰ ਕੰਮ ਆ ਜਾਏ ਪੇਪਰ ਦੇ ਵਿੱਚ ਸਰ ਇਹੀ ਕਹਿਣਾ ਚਾਹਾਂ ਵੀ ਮਿਹਨਤ ਕਰਦੇ ਰਹੋ ਜੀ ਤੁਸੀਂ ਤਿਆਰੀ ਕਰਨ ਲਈ ਰੋਡਾ ਕਲਾਸੇ ਜੁਆਇਨ ਕਰ ਸਕਦੇ ਹੋ ਜੀ YouTube ਤੇ ਵੀ ਹੈ ਤੇ ਐਪ ਵੀ ਹੈ ਆਨਲਾਈਨ ਜੀ ਜਿਹੜਾ ਕੋ ਆਫਲਾਈਨ ਆ ਸਕਦਾ ਤੇ ਉਹ ਆਫਲਾਈਨ ਆ ਕੇ ਵੀ ਜੁਆਇਨ ਕਰ ਸਕਦਾ ਜੀ ਮਿਹਨਤ ਕਰਦੇ ਰਹੋ ਕੰਟੀਨਿਊ ਰੋਡਾ ਕਲਾਸੇ ਨਾਲ ਬਨੇ ਰਹੋ ਉਪਰਸਾ ਰੱਖੋ ਇੱਕ ਦਿਨ ਜਰੂਰ ਸਫਲ ਹੋਵੋਗੇ ਠੀਕ ਹੈ ਜੀ ਤੇ ਜਿੰਨੇ ਵੀ ਸਟੂਡੈਂਟਸ ਵੀਡੀਓ ਦੇਖ ਰਹੇ ਨੇ ਦੇਖੋ ਸਾਡਾ ਟਾਰਗੇਟ ਮੈਂ ਫਿਰ ਦੱਸ ਰਹਾ ਮੋਟਿਵ ਜਿਹੜਾ ਹੈ ਇਹਨਾਂ ਨੂੰ ਇੱਥੇ ਬੁਲਾਉਂਦਾ ਮਿਲਵਾਉਂਦਾ ਸਿਰਫ ਇੱਕ ਹੀ ਹੈ ਕਿ ਤੁਸੀਂ ਇਸ ਵੀਡੀਓ ਨਾਲ ਜੇ ਮੋਟੀਵੇਟ ਹੋ ਜਾਉਗੇ ਠੀਕ ਹੈ ਤਾਂ ਤੁਸੀਂ ਵੀ ਇੱਕ ਦਿਨ ਇੱਥੇ ਬੈਠੇ ਹੋਵੋਗੇ ਮੇਰੇ ਨਾਲ ਤੇ ਆਪਾਂ ਇੱਕ ਬਹੁਤ ਸ਼ਾਨਦਾਰ ਇੰਟਰਵਿਊ ਤੁਹਾਡਾ ਵੀ ਕਰਾਂਗੇ ਤੇ ਉਮੀਦ ਕਰਾਂਗਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਏਗੀ ਠੀਕ ਹੈ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਵੀਡੀਓ ਇੰਪੋਰਟੈਂਟ ਹੈ ਵਧੀਆ ਲੱਗੀ ਤਾਂ ਕਮੈਂਟ ਕਰਕੇ نیچے ਸਾਰੇ ਨੇ ਕਮੈਂਟ ਜਰੂਰ ਕਰਨੇ ਹਨ ਠੀਕ ਹੈ ਕਿਵੇਂ ਲੱਗੀ ਵੀਡੀਓ ਤੁਹਾਨੂੰ ਤੇ ਮਿਲਾਂਗੇ ऐसे ਨਾਲ ਦੀ ਇੱਕ ਹੋਰ ਵੀਡੀਓ ਦੇ ਵਿੱਚ ਰਿਕੋਰ ਸਫਲ ਕੈਂਡੀਡੇਟ ਦੇ ਨਾਲ ਥੈਂਕ ਯੂ ਸੋ ਮੱਚ ਹਾਂਜੀ ਕਿਵੇਂ ਲੱਗੀ ਅਸ ਦੀ ਵੀਡੀਓ ਤੇ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਹੈ ਠੀਕ ਹੈ ਤੇ ਤੁਸੀਂ ਚਾਹਦੇ ਹੋ ਜੇ ਇਹਦੇ ਨਾਲ ਦੀ ਹੋਰ ਵੀਡੀਓ ਹੋਰ ਜਿਹੜੇ ਸਫਲ ਕੈਂਡੀਡੇਟ ਹੈ ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਈਏ ਰੂਬਰੂ ਕਰਵਾਈਏ ਮੋਟੀਵੇਟ ਕਰੀਏ ਤਾਨੂੰ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਸੀਂ ਅਰੋੜਾ ਕਲਾਸਿਸ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਛੇਤੀ ਜਾ ਕੇ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਵੀਡੀਓ ਆਵੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਜਾਵੇ